ਅੱਜ ਸ਼ੂਬਰਸੋਈ ਦੇ ਵਿੱਚ ਜ਼ਬਰਦਸਤ ਨਾਸ਼ਤਾ ਬਣ ਰਿਹਾ ਹੈ ਤੁਸੀਂ ਈਵਨਿੰਗ 스ਨੈਕਸ ਇਹਨੂੰ ਸਰਵ ਕਰ ਸਕਦੇ ਹੋ ਟਿਫਨ ਦੇ ਵਿੱਚ ਲਾ ਸਕਦੇ ਹੋ ਬੱਚੇ ਜਦੋਂ ਇਹਨੂੰ ਸਵਾਦ ਨਾਲ ਖਾਣਗੇ ਤੇ ਕਿਵੇਂ ਚੱਟ ਕਰ ਜਾਣਗੇ ਪਲੇਟ ਖਾਲੀ ਹੋ ਜਾਏਗੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਬਣਾਉਣੇ ਵੀ ਬਹੁਤ ਈਜ਼ੀ ਨੇ ਆਈਏ ਵੇਨੇ ادਲੀ ਕੀ ਚਾਹੀਦਾ ادਲੀ ਇਥੇ ਮੈਂ Shimla Mirch ਲੈ ਲਈਆਂ ਪਿਆਜ਼ ਟਮਾਟਰ ਦੇ ਜਿਹੜੇ ਬੀਜ਼ ਹੁੰਦੇ ਨੇ ਉਹਨਾਂ ਨੂੰ ਕੱਢ ਲਿਆ ਤੇ ਗਾਜਰ ਜਿਹੜੀਆਂ ਉਹਨਾਂ ਨੂੰ ਕद्दूकश ਕਰ ਲਿਆ ਤੇ ਗਾਜਰਾਂ ਨੂੰ ਬਰੀਕ ਕद्दूकश ਕੀਤਾ ਹੈ ਪਿਆਜ਼ ਨੂੰ ਵੀ ਬਰੀਕ-ਬਰੀਕ ਚੌਪਡ ਕਰ ਲਿਆ ਤੇ ਸ਼ਿਮਲਾ ਮਿਰਚ ਵੀ ਤੇ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਲਿਆ ਉਹਨਾਂ ਦੇ ਬੀਜ ਨਿਕਾਲ ਕੇ ਇਹਦੇ ਵਿੱਚ ਤੁਸੀਂ ਆਪਣੀ ਮਨਪਸੰਦੀ ਹੋਰ ਕੋਈ ਸੀਜ਼ਨਲ ਸਬਜ਼ੀ ਪਾਣਾ ਚਾਹੁੰਦੇ ਹੋ ਤੇ ਉਹ ਵੀ ਪਾ ਸਕਦੇ ਹੋ ਜਿਹੜੇ ਬੱਚਿਆਂ ਨੂੰ ਪਸੰਦ ਹੋਏ ਇਹ ਬਿਲਕੁਲ ਹੀ ਘਰੇ ਆਮ ਚੀਜ਼ਾਂ ਇਹ ਮਿਲ ਹੀ ਜਾਂਦੀਆਂ ਨੇ ਸਾਰਿਆਂ ਦੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਹੁਣ ਹਲਕਾ ਜਿਹਾ ਪਾਵਾਂਗੇ ਨਮਕ ਨਮਕ ਆਪਣੇ ਟੇਸ ਦੇ ਅਨੁਸਾਰ ਤੁਸੀਂ ਪਾ ਲਓ ਤੇ ਇਹਦੇ ਚ ਹੁਣ ਪਾਵਾਂਗੇ ਹੰਕੜ ਮਲਮਲ ਦੇ ਕੱਪੜੇ ਦੇ ਵਿੱਚ 3-4 ਘੰਟਿਆਂ ਵਾਸਤੇ ਮੈਂ ਇਹਨਾਂ ਨੂੰ ਰੱਖ ਕੇ ਲਟਕਾਤਾ ਸੀ ਫ੍ਰਿਜ ਦੇ ਵਿੱਚ ਹੀ ਬਾਹਰ ਕਈ ਵਾਰੀ ਖੱਟਾ ਹੋ ਜਾਂਦਾ ਜਦੋਂ ਫ੍ਰਿਜ ਦੇ ਵਿੱਚ ਹੀ ਤੁਸੀਂ ਐਵੇਂ ਹੌਂਗ ਕਰਦੇ ਹੋ ਤੇ ਉਹ ਖੱਟਾ ਨਹੀਂ ਹੁੰਦਾ ਬਹੁਤ ਵਧੀਆ ਦੀ ਮਲਾਈ ਨਿਕਲਦੀ ਹੈ ਇਹਦਾ ਸਾਰਾ ਖੱਟਾਪਨ ਨਿਕਲ ਜਾਂਦਾ ਅੱਛਾ ਦਹੀਂ ਨਿਕਲਦਾ ਇਸ ਤਰੀਕੇ ਨਾਲ ਆਪਣਾ ਰੈਡੀ ਹੋ ਗਿਆ ਤੇ ਹੁਣ ਆਪਾਂ ਬ੍ਰੈਡ ਸਲਾਈਸ ਲੈ ਲਾਂਗੇ ਬ੍ਰੈਡ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਕੋਈ ਵੀ ਲੈ ਲਓ ਬ੍ਰਾਊਨ ਬ੍ਰੈਡ ਲੈ ਲਓ ਵਾਈਟ ਬ੍ਰੈਡ ਲੈ ਲਓ ਜੇ ਤੁਸੀਂ ਦੇ ਕਿਨਾਰੇ ਕੱਟਣਾ ਚਾਹੁੰਦੇ ਹੋ ਤੇ ਕੱਟ ਲਓ ਜੇ ਨਹੀਂ ਕੱਟਣਾ ਚਾਹੁੰਦੇ ਤਾਂ ਵੀ ਤੁਹਾਡੀ ਮਰਜ਼ੀ ਹੈ ਇਹ ਜਿਹੜੇ ਕਿਨਾਰੇ ਨੇ ਇਹ ਬ੍ਰੈਡ ਕ੍ਰੰਬਸ ਇਹਨੂੰ ਬਣਾਉਣ ਤੇ ਕੰਮ ਆ ਜਾਏਗਾ ਇਹਦੇ ਵਿੱਚ ਪੁੱਡਿੰਗ ਬਣਾਉਣ ਦੇ ਵਿੱਚ ਬਹੁਤ ਹੀ ਵਧੀਆ ਬੰਦੇ ਨੇ ਜਦੋਂ ਬ੍ਰੈਡਸ ਕ੍ਰੰਬਸ ਤੇ ਆਪਾਂ ਕਰੀਏ ਨਾ ਬ੍ਰੈਡ ਦੀ ਰਬੜੀ ਬਹੁਤ ਵਧੀਆ ਬਣਦੀ ਹੈ ਇਹਦੇ ਸਾਈਡਾਂ ਕਿਨਾਰਿਆਂ ਤੋਂ ਤੇ ਇਹਨੂੰ ਬੱਚੇ ਬੜੇ ਆਰਾਮ ਨਾਲ ਬਣਾ ਸਕਦੇ ਨੇ ਬੱਚੇ ਬਿਜ਼ੀ ਵੀ ਰਹਿਣਗੇ ਆਪਣੀਆਂ ਚੀਜ਼ਾਂ ਬਣਾਣਗੇ ਚ ਕਿਉਂਕਿ ਗੈਂਸ ਤੇ ਬਿਲਕੁਲ ਹੀ ਨਹੀਂ ਚਲਣੀ ਹੁਣ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਟਲੇ ਜੇ ਤੁਸੀਂ ਚਾਹਦੇ ਨੂੰ ਹਲਕਾ ਜਿਹਾ ਰੋਸਟ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਰੋਸਟ ਨਹੀਂ ਕਰ ਰਹੀ ਕਿਉਂਕਿ 노 ਫਾਇਰ ਹੈ ਇਸ ਕਰਕੇ ਬਿਲਕੁਲ ਵੀ ਅੱਗ ਦਾ ਇਸਤੇਮਾਲ ਨਹੀਂ ਕਰਾਂਗੇ ਇੱਥੇ ਰੂਮ ਟੈਂਪਰੇਚਰ ਦਾ ਬਟਰ ਲਗਾ ਲਾਂਗੇ ਬਟਰ ਤੁਸੀਂ ਆਪਣੀ ਇੱਛਾ ਅਨੁਸਾਰ ਲਗਾ ਸਕਦੇ ਹੋ ਘੱਟ ਜਿਆਦਾ ਉਸ ਇਸ ਤਰੀਕੇ ਨਾਲ ਤੁਸੀਂ ਚੰਗੀ ਤਰੀਕੇ ਨਾਲ ਲਗਾ ਲਓ ਬਟਰ ਤੇ ਇਹਦੇ ਵਿੱਚ ਉੱਤੇ ਹੁਣ ਮੈਂ ਚਟਨੀ ਸੇਜਵਨ ਮੈਂ ਚਟਨੀ ਉੱਤੇ ਲਗਾ ਰਹੀ ਹਾਂ ਸੌਸ ਲਗਾ ਰਹੀ ਹਾਂ ਇਹਦੇ ਵਿੱਚ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਚਾਹਦੇ ਹੋ ਤੇ ਗ੍ਰੀਨ ਚਟਨੀ ਵੀ ਲਗਾ ਸਕਦੇ ਹੋ ਪੁਦੀਨੇ ਵਾਲੀ ਵੀ ਧਨੀਏ ਵਾਲੀ ਵੀ ਜੋ ਤੁਹਾਡੇ ਪਸੰਦ ਹੋਏ ਤੁਸੀਂ ਉਹ ਚਟਨੀ ਲਗਾ ਸਕਦੇ ਹੋ ਮੈਂ ਉਹਦੇ ਵਿੱਚ ਮਿਰਚਾਂ ਨਹੀਂ ਸੀ ਪਾਈਆਂ ਇਸ ਕਰਕੇ ਕਿਉਂਕਿ ਇਹਦੇ ਵਿੱਚ ਖਾਲੀ ਇਹ ਮਿਰਚਾਂ ਦੀ ਹੀ ਚਟਨੀ ਹੈ ਜੇ ਤੁਸੀਂ ਪੁਦੀਨੇ ਵਾਲੀ ਚਟਨੀ ਧਨੀਏ ਵਾਲੀ ਚਟਨੀ ਲਗਾ ਰਹੇ ਹੋ ਤਾਂ ਤੁਸੀਂ ਉਹਦੇ ਵਿੱਚ ਨਮਕ ਪਾਇਆ ਤੇ ਕਾਲੀ ਮਿਰਚ ਵੀ ਥੋੜੀ ਜੀ ਐਡ ਕਰ ਲੈਣਾ ਤੇ ਹੁਣ ਦੇਖੋ ਆਪਾਂ ਪਹਿਲਾਂ ਬਟਰ ਲਗਾਇਆ ਫਿਰ ਆਪਾਂ ਸੌਸ ਲਗਾਇਆ ਜਾਂ ਚਟਨੀ ਲਗਾਈਏ ਇਹ ਧਿਆਨ ਰੱਖਣਾ ਡਾਇਰੈਕਟ ਆਪਾਂ ਕੋਈ ਵੀ ਚਟਨੀ ਸੌਸ ਨਹੀਂ ਲਗਾਨੀ ਕਿਉਂਕਿ ਫਿਰ ਉਹ ਬਰੈਡ ਹੀ ਪੀ ਜਾਣਗੇ ਉਹ ਮਜ਼ਾ ਨਹੀਂ ਆਉਂਦਾ ਹਮੇਸ਼ਾ ਪਹਿਲਾਂ ਬਟਰ ਲਗਾ ਕੇ ਫਿਰ ਹੀ ਆਪਾਂ ਉੱਪਰ ਸੌਸ ਜਾਂ ਚਟਨੀ ਲਗਾਈ ਦੀਏ ਹੁਣ ਜਿਹੜਾ ਆਪਣਾ ਮਟੀਰੀਅਲ ਆਪਾਂ ਰੈਡੀ ਕੀਤਾ ਹੋਇਆ ਆਪਾਂ ਉਹਦੇ ਨਾਲ ਇਹ ਤੁਸੀਂ ਕਿੰਨਾ ਫਿਲ ਕਰਨਾ ਹੈ ਇਹ ਤੁਹਾਡੀ ਮਰਜ਼ੀ ਜਿੰਨਾ ਤੁਸੀਂ ਜ਼ਿਆਦਾ ਖਾਣਾ ਚਾਹੁੰਦੇ ਹੋ ਉਨਾ ਜ਼ਿਆਦਾ ਕਰ ਸਕਦੇ ਹੋ ਤੇ ਕਿਉਂਕਿ ਮਿਉਨੀਜ਼ ਮੈਂ ਇਥੇ ਐਡ ਨਹੀਂ ਕੀਤੀ ਤੁਸੀਂ ਕਰ ਸਕਦੇ ਹੋ ਮਿਉਨੀ ਐਜ਼ ਅ ਹੈਲਦੀ ਨਹੀਂ ਹੁੰਦੀ ਉਹਦੇ ਵਿੱਚ ਬਹੁਤ ਜ਼ਿਆਦਾ ਫੈਟ ਹੁੰਦਾ ਤੇ ਜਿਹੜਾ ਹੰਗਕਰ ਹੁੰਦਾ ਉਹ ਬਹੁਤ ਹੀ ਜ਼ਿਆਦਾ ਹੈਲਦੀ ਹੈ ਤੇ ਇਸ ਕਰਕੇ ਮੈਂ ਜ਼ਿਆਦਾ ਉਹੀ ਯੂਜ਼ ਕਰਨੀ ਆ ਤੇ ਇਸ ਤਰੀਕੇ ਨਾਲ ਆਪਾਂ ਉੱਪਰ ਸੈਂਡਵਿਚ ਲਗਾ ਕੇ ਹੁਣ ਇਹਨੂੰ ਆਪਾਂ ਕੱਟ ਕਰ ਲਾਂਗੇ ਕੱਟ ਕਰਨਾ ਤੁਸੀਂ ਆਪਣੀ ਮਰਜ਼ੀ ਦੀ ਸ਼ੇਪ ਤੁਸੀਂ ਦੇ ਸਕਦੇ ਹੋ ਛੋਟੇ ਛੋਟੇ ਪੀਸ ਕੱਟਨੇ ਨੇ ਤਾਂ ਵੀ ਹੈ ਟਿਫਨ ਚ ਦੇਣਾ ਤਾਂ ਤੁਸੀਂ ਇੰਨੇ ਨੇ ਵੀ ਪੀਸ ਕੱਟ ਸਕਦੇ ਹੋ ਦੇਖੋ ਕਿਵੇਂ ਸਾਰੀਆਂ ਸਬਜ਼ੀਆਂ ਨੇ ਇਹਦੇ ਵਿੱਚ ਕਿਉਂਕਿ ਸੇਜਵਨ ਸੌਸ ਵਿੱਚ ਮਿਲਾਈਏ ਤੇ ਬਹੁਤ ਹੀ ਜ਼ਿਆਦਾ ਤਿੱਖਾ ਹੋਣ ਵਾਲਾ ਹੈ ਤੇ ਤੁਸੀਂ ਸ਼ਾਮ ਦੀ ਚਾਹ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਤੁਸੀਂ ਸਰਵ ਕਰ ਸਕਦੇ ਹੋ ਕੁਝ ਫਟਾਫਟ ਆਇਆ ਹੈ ਤੁਸੀਂ ਬਾਹਰ ਲੈ ਕੇ ਜਾਣਾ ਹੈ ਤੇ ਤਾਂ ਵੀ ਬਾਹਰ ਜੇ ਤੁਸੀਂ ਬਣਾਣਾ ਹੈ ਤੇ ਕਿਉਂਕਿ ਇਹਦੇ ਵਿੱਚ ਗੈਸ ਨਹੀਂ ਚੱਲਦਾ ਤੁਸੀਂ ਬਣਾ ਸਕਦੇ ਹੋ ਆਰਾਮ ਨਾਲ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਿਸ ਤਰੀਕੇ ਦੇ ਨਾਲ ਸੈਂਡਵਿਚ ਬਣਾਉਂਦੇ ਹੋ ਤੇ ਇਹ ਤੁਹਾਨੂੰ ਰੈਸਪੀ ਕਿਦਾਂ ਦੀ ਲੱਗੀ ਹੈ ਇਹਦੇ ਵਿੱਚ ਕਿਸ ਕੀ ਤੁਸੀਂ ਚੀਜ਼ਾਂ ਹੋਰ ਐਡ ਕਰਦੇ ਹੋ ਤੇ ਇਹ ਦੇਖਿਓ ਰੈਡੀ ਹੈ ਹੁਣ ਆਪਣੇ ਸੈਂਡਵਿਚ ਹੁਣ ਇਹਨੂੰ ਚਾਹ ਦੇ ਨਾਲ ਕਾਫੀ ਦੇ ਨਾਲ ਛਾਟੇ ਦੇ ਨਾਲ ਜਿੱਦ ਨਾਲ ਮਰਜ਼ੀ ਖਾਓ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਵੀਡੀਓ ਤੁਹਾਨੂੰ ਪਸੰਦ ਆਇਆ ਤੇ